ਆ ਕੱਪੜੇ ਦੇ ਦਿੰਦੇ ਜਿਹੜੇ ਧੋਣ ਵਾਲੇ ਨੇ, ਤੂੰ ਲੈ ਜਾ ਇਹਨੂੰ ਚੱਕ ਕੇ ਦੇਖ ਕੇ ਧੋ ਲਈ। ਹੁਣ ਮੇਰੇ ਤਾਂ ਇਹ ਨਹੀਂ ਯਾਦ ਕਿਹੜੇ ਧੋਣ ਵਾਲੇ ਨੇ ਕਿਹੜੇ ਨਹੀਂ ਧੋਣ ਵਾਲੇ। ਚਲੋ ਕਰ ਲਓ ਫਿਰ ਤੁਸੀਂ ਆਰਾਮ। ਕਿਵੇਂ ਗੁਰਦਾਸ, ਠੀਕ ਹੈ? ਹੋਰ ਠੀਕ ਹੈ, ਕੰਮ ਵਧੀਆ ਚੱਲੀ ਜਾਂਦਾ? ਬਸ ਮਨ ਲਾ ਕੇ ਕਰਿਆ ਕੰਮ, ਚੱਲ ਪੂਗਾ। ਨਿੰਮੋ ਬੋਲ ਹੀ ਨਹੀਂ ਰਹੀ। ਉਹ ਕਿੱਥੇ ਆ ਭਗਵਾਨ? ਨਿੰਮੋ ਆ ਗਏ ਜੀ ਤੁਸੀਂ? ਹਾਂ ਆ ਗਿਆ। ਤੂੰ ਕਿੱਥੇ ਸੀ? ਮੈਂ ਤਾਂ ਬਾਥਰੂਮ 'ਚ ਸੀਗੀ ਜੀ। ਅੱਛਾ ਅੱਛਾ ਅੱਛਾ, ਚਲੋ ਆ ਜਾ। ਚਲੋ ਬੈਠੋ, ਮੈਂ ਤੁਹਾਨੂੰ ਚਾਹ ਲਿਆਉਂਦੀ ਹਾਂ। ਨਾ ਚਾਹ ਦੀ ਵੀ ਲੋੜ ਨਹੀਂ, ਰੋਟੀ ਦੀ ਵੀ ਲੋੜ ਨਹੀਂ, ਖਾ ਕੇ ਆਇਆ ਮੈਂ। ਪਾਣੀ ਤਾਂ ਲਿਆ ਦੇ ਗਲਾਸ ਇੱਕ। ਲਿਆਉਣੀ ਜੀ। ਹੋ ਹੋ ਬੰਤਿਆ, ਬਸ ਤੇਰੀ ਜ਼ਿੰਦਗੀ ਵੀ ਕੀ ਹੈ। ਲਓ ਜੀ ਪਾਣੀ। ਹੋਰ ਠੀਕ ਰਹੀ ਤੂੰ? ਹਾਂਜੀ ਠੀਕ ਹੈ ਜੀ। ਹੋਰ ਕੋਈ ਤਕਲੀਫ ਤਾਂ ਨਹੀਂ ਆਈ? ਨਾ ਨਾ ਜੀ, ਕੋਈ ਤਕਲੀਫ ਨਹੀਂ, ਬਿਨਾਂ ਦੱਸੇ ਹੀ ਆ ਗਏ ਜੀ, ਫੋਨ ਵੀ ਨਹੀਂ ਕੀਤਾ। ਬਸ ਬਿਨਾਂ ਦੱਸੇ ਵੀ ਆਉਣਾ ਪੈਂਦਾ ਕਦੇ? ਕੀ ਗੱਲ ਤਕਲੀਫ ਹੋਈ ਤੈਨੂੰ ਬਿਨਾਂ ਦੱਸੇ ਆਉਣ ਦੀ? ਨਹੀਂ ਨਹੀਂ ਜੀ, ਮੈਂ ਤਾਂ ਹੈਰਾਨ ਹੋ ਗਈ, ਮੈਂ ਪਤਾ ਨਹੀਂ ਕੌਣ ਆ ਗਿਆ। ਆਪਦਾ ਘਰ ਹੈ, ਜਦ ਮਰਜ਼ੀ ਆ ਜਾਓ। ਉਹ ਤਾਂ ਹੈਗਾ ਜੀ। ਹੋਰ ਜੀ ਸਫ਼ਰ ਕਿਵੇਂ ਰਿਹਾ ਫਿਰ? ਸਫ਼ਰ ਸਾਡਾ ਤਾਂ ਇਹੋ ਜੀ ਹੁੰਦਾ ਹੈ, ਕਦੇ ਠੰਡੀਆਂ, ਕਦੇ ਤੱਤੀਆਂ, ਕਦੇ ਕਹੀਆਂ ਜੀਆਂ, ਕਦੇ ਬੇਹੀਆਂ ਸਰਕਾਂ ਵਰਗੀਆਂ ਰੋਟੀਆਂ, ਆਹੀ ਹੈ ਕੁਛ ਸਾਡਾ ਤਾਂ। ਫਿਰ ਤੁਸੀਂ ਕੰਮ ਹੀ ਇੱਦਾਂ ਦਾ ਫੜਿਆ ਹੋਇਆ ਤੇ। ਬਈ ਹੋਰ ਕੀ ਕਰੀਏ, ਹੁਣ ਮੈਂ ਉਹ ਕੰਪਿਊਟਰ ਚਲਾਉਣੋਂ ਤਾਂ ਰਿਹਾ, ਉਹ ਤਾਂ ਗੱਡੀ ਦਾ ਸਟੇਅਰਿੰਗ ਹੈ ਇੱਕ, ਥੋੜ੍ਹਾ ਕਮਾ ਲਓ, ਬਹੁਤਾ ਕਮਾ ਲਓ। ਤੁਸੀਂ ਹੋਰ ਕੰਮ ਵੇਖ ਲਓ, ਕੋਈ ਜ਼ਰੂਰੀ ਤਾਂ ਨਹੀਂ ਹੈਗਾ ਗੱਡੀ ਹੀ ਚਲਾਉਣੀ ਆ। ਬਈ ਹੋਰ ਕੀ, ਮੈਂ ਹੁਣ ਸੁਨਿਆਰੇ ਦਾ ਕੰਮ ਕਰੂੰਗਾ, ਜਿਹੜਾ ਕੰਮ ਸਾਰੀ ਉਮਰ ਕੀਤਾ ਹੈ ਉਹੀ ਕਰੂੰਗਾ, ਹੋਰ ਕੰਮ ਕਿਵੇਂ ਕਰ ਲਾਂ ਮੈਂ? ਰੋਟੀ ਤਾਂ ਟਾਈਮ ਤੇ ਖਾਂਦੇ ਹੋ ਕਿ ਉਹ ਵੀ ਨਹੀਂ ਖਾਂਦੇ ਟਾਈਮ ਤੇ? ਬਸ ਜਿੱਥੇ ਕੋਈ ਢਾਬਾ ਮਿਲ ਗਿਆ ਸ਼ਕਲੀ ਜਿਹੀ, ਜੇ ਅਗਲੇ ਨੇ ਸ਼ਿਕਾਇਤੀ ਉਹੋ ਜਿਹੀ ਛਕਣੀ ਪੈਂਦੀ ਹੈ, ਬਸ ਆਹੀ ਜ਼ਿੰਦਗੀ ਇਸ ਤਰ੍ਹਾਂ ਨੂੰ ਨਿੰਮੋ। ਤਾਂ ਹੀ ਦੇਖੋ ਮੂੰਹ ਇੰਨਾ ਕੁ ਨਿਕਲਿਆ ਹੋਇਆ, ਜੇ ਟਾਈਮ ਤੇ ਰੋਟੀ ਨਹੀਂ ਖਾਂਦੇ ਕੰਮ ਦੀ ਦੱਬ ਜਾਂਦੇ ਸੋਨੂੰ। ਕੰਮ ਤਾਂ ਕਰਨਾ ਹੀ ਹੈ ਭਗਵਾਨ ਨੇ, ਕੰਮ ਬਿਨਾਂ ਕੀ ਬਣੂਗਾ, ਕੰਮ ਨਾਲ ਹੈ। ਆ ਤੂੰ ਬੈਠੀ ਹੈ, ਤੇਰਾ ਖਿਆਲ ਰਹਿੰਦਾ ਵੀ ਪਿੱਛੋਂ ਪਤਾ ਨਹੀਂ ਨਿੰਮੋ ਕਿਵੇਂ ਹੋਊਗੀ ਕਿਵੇਂ ਨਹੀਂ ਹੋਊਗੀ। ਹੋਰ ਆਂਢ ਗੁਆਂਢ 'ਚ ਠੀਕ ਹੈ ਸਾਰੇ? ਸਾਰੇ ਠੀਕ ਨੇ, ਤੁਸੀਂ ਮੇਰੀ ਇੰਨੀ ਫਿਕਰ ਨਾ ਕਰਿਆ ਕਰੋ। ਨਾਲੇ ਘਰ 'ਚ ਮੈਨੂੰ ਕੀ ਹੋਣਾ, ਚੰਗੀ ਭਲੀ ਹਾਂ, ਕਮਰੇ ਵੇਲ ਕੇ ਖਾ ਪੀ ਕੇ ਆਪਦਾ ਸੌਂ ਜਾਂਦੀ ਹਾਂ। ਲੈ ਦੇਖ, ਕਹਿੰਦੀ ਮੇਰੀ ਫਿਕਰ ਨਾ ਕਰਿਆ ਕਰੋ, ਉਹ ਤੇਰੀ ਫਿਕਰ ਨਹੀਂ ਕਰੂੰਗਾ, ਹੋਰ ਕਿਹਦੀ ਕਰੂੰਗਾ। ਜੇ ਕਿਸੇ ਹੋਰ ਦੀ ਫਿਕਰ ਕਰਨ ਲੱਗ ਗਿਆ ਫਿਰ ਤੂੰ ਚਾਰੇ ਪੈਰ ਚੱਕ ਹੀ ਨਹੀਂ ਪਵੇਂਗੀ। ਮੈਨੂੰ ਪਤਾ ਹੈ ਕਿਸੇ ਹੋਰ ਦੀ ਕਿਉਂ ਕਰੋਂਗੇ ਤੁਸੀਂ ਫਿਕਰ। ਚਲੋ ਐਂ ਕਰੋ, ਤੁਸੀਂ ਨਾ ਮੂੰਹ ਹੱਥ ਧੋ ਕੇ ਨਾ ਫਰੈਸ਼ ਜਿਹੇ ਹੋ ਜਾਓ, ਅਤੇ ਚਾਹ ਦੀ ਘੁੱਟ ਬਣਾ ਦਿੰਦੀ ਹਾਂ ਮੈਂ ਤੁਹਾਨੂੰ।
ਆਰਾਮ ਕਰ ਲਓ ਤੁਸੀਂ, ਥੱਕੇ ਹੋਵੋਗੇ। ਹਾਂ ਚੱਲ ਚਾਹ ਬਣਾ ਲੈ ਥੋੜੀ ਜੀ। ਤੁਸੀਂ ਜੇ ਨਹਾਉਣਾ ਤਾਂ ਨਹਾ ਲਓ, ਜੇ ਮੂੰਹ ਹੱਥ ਧੋਣਾ ਤਾਂ ਮੂੰਹ ਹੱਥ ਧੋ ਲਓ। ਦੇਖਦਾ ਅਜੇ ਆਰਾਮ ਕਰਦਾ ਬਿੰਦ। ਠੀਕ ਹੈ ਜੀ। ਡਰਾਈਵਰਾਂ ਦੀ ਵੀ ਕਾਹਦੀ ਜ਼ਿੰਦਗੀ ਹੈ ਬਸ। ਜੀ ਸੱਚ ਮੈਂ ਤਾਂ ਭੁੱਲ ਗਈ, ਆ ਕੱਪੜੇ ਦੇ ਦਿੰਦੇ ਜਿਹੜੇ ਧੋਣ ਵਾਲੇ ਨੇ। ਤੂੰ ਲੈ ਜਾ ਇਹਨੂੰ ਚੱਕ ਕੇ ਦੇਖ ਕੇ ਧੋ ਲਈ, ਹੁਣ ਮੇਰੇ ਤਾਂ ਐ ਨਹੀਂ ਯਾਦ ਕਿਹੜੇ ਧੋਣ ਵਾਲੇ ਨੇ ਕਿਹੜੇ ਨਹੀਂ ਧੋਣ ਵਾਲੇ। ਚਲੋ ਕਰ ਲਓ ਫਿਰ ਤੁਸੀਂ ਆਰਾਮ। ਫਿਰਦੀ ਤਾਂ ਹੈ ਵਿਚਾਰੀ ਉਰੀ ਵਾਂਗੂ ਘੁੰਮਦੀ, ਜੇ ਰੱਬ ਦੀ ਮਿਹਨਤ ਨੂੰ ਫੜ ਲਿਆਵੇ। ਤੈਨੂੰ ਪਤਾ ਨੀ ਸੀ ਮੈਨੂੰ ਵੀ ਮਰਵਾ ਤਾ ਸੀ। ਮੈਂ ਤਾਂ ਭੁੱਲ ਗਈ ਸੀ ਸਗੋਂ ਕਿ ਮੈਂ ਹੀ ਤੈਨੂੰ ਫੋਨ ਕੀਤਾ ਸੀਗਾ, ਤੇ ਹੁਣ ਉਹ ਬਿਨਾਂ ਦੱਸੇ ਆ ਗਿਆ। ਹੁਣ ਮੈਂ ਕੀ ਕਰਾਂ, ਉਹਦਾ ਤਾਂ ਘਰ ਆ, ਹੁਣ ਕੀ ਪਤਾ ਹੁਣ ਕਦੋਂ ਆ ਜੇ ਉਹ। ਓਏ ਕਰਤਾ ਠੀਕ ਹੈ, ਘੱਟੋ ਘੱਟ ਆ ਅਕਲ ਤੋਂ ਕੰਮ ਲੈ ਲਿਆ ਕਰ। ਤੂੰ ਮੈਨੂੰ ਫੋਨ ਨਹੀਂ ਕਰ ਸਕਦੀ ਸੀ ਵੀ ਘਰੇ ਆ ਗਿਆ ਹੁਣ ਨਾ ਹੀ, ਜੇ ਉਹ ਮੈਨੂੰ ਉੱਪਰ ਦੇਖ ਲੈਂਦਾ ਭਲਾ ਕੀ ਬਣਦਾ। ਵੇ ਘਬਰਾਹਟ 'ਚ ਤਾਂ ਮੈਨੂੰ ਯਾਦ ਹੀ ਨਹੀਂ ਆਇਆ ਕਿ ਮੈਂ ਤੈਨੂੰ ਫੋਨ ਕਰਨਾ ਆ। ਮੈਂ ਤਾਂ ਦਿਮਾਗ ਹੀ ਖਰਾਬ ਹੋ ਗਿਆ ਨਾ ਉਹਨੂੰ ਵੇਖਣ ਸਾਰੇ, ਮੈਂ ਤਾਂ ਆਪ ਡਰ ਗਈ ਕਿ ਇਹ ਕਿੱਧਰੋਂ ਆ ਗਿਆ। ਤੂੰ ਤਾਂ ਡਰ ਕੇ ਸਰ ਗਿਆ ਜੀ ਤੇਰਾ ਤਾਂ, ਜੇ ਆਪਾਂ ਨੂੰ ਦੋਨਾਂ ਨੂੰ ਖੜੇ ਦੇਖ ਲੈਂਦਾ ਉਹ ਭਲਾ ਕੀ ਬਣਦਾ। ਮੈਂ ਤਾਂ ਟੌਰ ਨਾਲ ਆ ਰਿਹਾ ਵੀ ਵਰਤਾ ਤਾਂ ਗਿਆ ਹੋਇਆ ਗੱਡੀ 'ਤੇ ਵੀ ਚੱਲ ਆਪਾਂ ਤਾਂ ਇੱਛਾ ਕਰੀਏ ਵੀ ਪਕੌੜੇ ਸ਼ਕੌੜੇ ਖਾਵਾਂ, ਵੀ ਠੰਡ ਹੋ ਰਹੀ ਤੀ ਖਵਾ ਤੇ ਦੇ ਮੈਨੂੰ ਤਾਂ ਪਕੌੜੇ। ਤੇਰੇ ਹੀ ਪਕੌੜੇ ਬਣਾ ਦਿੰਦਾ ਜੇ ਕਿਤੇ ਮੂਹਰੇ ਹੋ ਜਾਂਦਾ ਉਹਦੇ, ਤਾਂ ਸ਼ੁਕਰ ਆ ਮੈਂ ਟਾਈਮ 'ਤੇ ਬਾਹਰ ਆ ਗਈ। ਚੱਲ ਐਂ ਕਰ ਤੂੰ ਹੁਣ ਜਾ, ਕਿਤੇ ਉਹ ਵੇਖ ਲਵੇ ਜਦੋਂ ਵੱਗ ਗਿਆ ਫਿਰ ਆਈ। ਹੁਣ ਕੀ ਕਰ ਰਿਹਾ ਉਹ? ਹੁਣ ਤਾਂ ਉਹ ਸੁੱਤਾ ਪਿਆ ਆਰਾਮ ਕਰਦਾ। ਚੱਲ ਐਂ ਕਰ ਕੋਠੇ 'ਤੇ ਚੱਲਦੇ ਹਾਂ। ਚੱਲ ਚੱਲ ਆ ਜਾ ਫਿਰ, ਆ ਜਾ ਪਹਿਲਾਂ ਦੇਖ ਤਾਂ ਲੈ ਅੱਗੇ ਜਾ ਕੇ। ਵੇ ਆ ਜਾ ਵਧੀਆ, ਇੱਕ ਤਾਂ ਸੋਨੇ ਉਰੇ ਵੀ ਚਵਾਰਾ ਜਿਹਾ ਪਾ ਲਿਆ ਵੀ ਹੋਰ, ਇਹ ਤਾਂ ਰੱਖਿਆ ਹੋਇਆ ਐਮਰਜੈਂਸੀ, ਕੋਈ ਪ੍ਰਾਹੁਣਾ ਧਰਾਉਣਾ ਆ ਜਾਂਦਾ ਆ, ਪਰ ਇਹ ਅੱਜ ਤੇਰੇ ਕੰਮ ਆਊਗਾ। ਕੀ ਗੱਲ ਆ, ਮੈਂ ਕਿਸੇ ਪ੍ਰਾਹੁਣੇ ਧਰਾਉਣੇ ਦਾ ਘੱਟ ਹਾਂ? ਤਾਂ ਹੀ ਤਾਂ ਕਹਿੰਦੀ ਆ ਵੀ ਅੱਜ ਤੇਰੇ ਕੰਮ ਆਉਣਾ ਵਾ। ਹੋਰ ਯਾਰ ਤੈਨੂੰ ਕੀ ਦੱਸਾਂ ਮੈਂ ਨਿੰਮੋ, ਜਦੋਂ ਤੂੰ ਕਿਹਾ ਨਾ ਵੀ ਉਹ ਆ ਰਿਹਾ, ਮੇਰਾ ਤਾਂ ਦਿਲੇ ਰੁਕ ਗਿਆ ਸੀ, ਧੜਕਣ 'ਚ ਵੀ ਜਾਮ ਹੋ ਗਈ ਸੀ। ਵੀ ਜਦੋਂ ਆਇਆ ਮੈਂ ਤਾਂ ਬਾਥਰੂਮ 'ਚ ਵੜੀ ਹੋਈ ਸੀ, ਤਾਂ ਉਹਦੀ ਆਵਾਜ਼ ਸੁਣਨ ਸਾਰ ਘਬਰਾਹਟ ਹੋ ਗਈ। ਮਾਲੇ ਆ ਗਿਆ, ਹੁਣ ਕਿੰਨੇ ਕੁ ਦਿਨ ਰਹੂਗਾ ਇਹ ਉਰੇ? ਕੀ ਪਤਾ ਆ, ਹਜੇ ਤਾਂ ਮੈਂ ਉਹਨੂੰ ਪੁੱਛਿਆ ਨਹੀਂ ਕਿ ਕਿੰਨੇ ਕੁ ਦਿਨ ਰਹੂਗਾ। ਹਜੇ ਤਾਂ ਚਾਹ ਪਾਣੀ ਦੇ ਕੇ ਮੈਂ ਤਾਂ ਕਿਹਾ ਸੌ ਜਾ ਆਰਾਮ ਕਰ ਲੈ। ਟਪਾ ਦੇ ਕਹਿ ਦੇ ਵੀ ਵਗ ਜਾ ਬੂਜਾ ਨਾ, ਮੈਂ ਉਹਨੂੰ ਕਹੂੰਗੀ ਤਾਂ ਉਹਨੂੰ ਸ਼ੱਕ ਨਹੀਂ ਕਹੂ, ਉਹਨੂੰ ਇਹ ਹੋਊਗਾ ਮੈਨੂੰ ਘਰੋਂ ਕੱਢਣ ਨੂੰ ਫਿਰਦੀ ਆ। ਨਾਲੇ ਇਹ ਵੀ ਆ, ਹੁਣ ਤੂੰ ਕਿਵੇਂ ਭਜਾਏਂਗੀ, ਉਹ ਤਾਂ ਜਦੋਂ ਹੁਣ ਗੱਡੀ ਭਰੂਗੀ ਉਹਦੀ ਹੋ ਜਾਊਗਾ।
ਚੱਲ ਫਿਰ ਤਲੀਏ ਪਕੌੜੇ ਹੈਂ। ਚੱਲ ਕੋਈ ਐਂ ਕਰ, ਤੂੰ ਚੱਲ ਅੱਗੇ ਅੱਗੇ ਦੇਖ, ਕਿਤੇ ਉੱਠ ਨਾ ਗਿਆ ਹੋਵੇ ਉਹ। ਹਾਂ ਆ ਜਾ, ਇੰਨੇ ਹੌਲੀ ਹੌਲੀ ਆ ਜਾ। ਤੂੰ ਮੈਨੂੰ ਇਸ਼ਾਰਾ ਕਰਦੀ, ਤੂੰ ਚੁੱਪ ਕਰ ਜਾ, ਇੱਥੇ ਤਾਂ ਖੜ ਜਾ। ਓਏ ਜੇ ਉੱਠ ਕੇ ਆਪਣਾ ਪੰਗਾ ਪਵਾ ਦੇਂਗੀ। ਸੁੱਤਾ ਪਿਆ ਜਾ, ਤੂੰ ਸਮਾਰ ਕੇ ਲਵੇ ਦੇਖ ਲੈ ਜਾ ਕੇ। ਉਹ ਪਿਆ ਦਿਖਦਾ ਹੈ, ਪਿਆ ਹੈ। ਆ ਜਾ ਆ ਜਾ। ਸਾਲੀ ਬਣੀਆ ਬਾਈ ਦੀ ਮਰਵਾ ਕੇ ਰੱਖਤਾ ਦੀ ਜਵਾਕ, ਤੂੰ ਨਾ ਅਕਲ ਕਦੋਂ ਆਊਗੀ ਵੀ, ਦੱਸ ਤਾਂ ਦਿਆ ਕਰ। ਬੰਤੇ, ਉਹ ਬੰਤੇ, ਉਹ ਆ ਜਾ ਵੀ, ਜੱਸੇ ਆ ਜਾ, ਲੰਘਿਆ। ਉਹ ਕਿਵੇਂ ਬਾਈ, ਹੋਰ ਕੀ ਹਾਲ ਚਾਲ ਨੇ? ਠੀਕ ਹੈ ਠੀਕ ਹੈ, ਤੂੰ ਸੁਣਾ? ਬਹਿ ਜਾ, ਹੋਰ ਗੁੰਮ ਸੱਟਾਂ ਲੱਗੀਆਂ, ਹੂੰ ਸੱਟ ਫੇਟ ਤੋਂ ਬਚ ਰਿਹਾ, ਅੱਡ ਪੈਰ ਤਾਂ ਟੁੱਟਿਆ ਨੀ ਹੈ ਕੋਈ। ਨਹੀਂ ਹੋਇਆ ਕਿਵੇਂ ਇਹ ਗੱਲ? ਉਹ ਮੂਹਰੇ ਇੱਕ ਟੈਂਪੂ ਜੇ ਵਾਲਾ ਆ ਗਿਆ, ਉਹਨੂੰ ਬਚਾਉਂਦਾ ਬਚਾਉਂਦਾ ਆਪਦੀ ਉਹ ਜਾਨ ਗਵਾ ਬੈਠਿਆ ਸੀ। ਲੈ ਦੇਖ ਲੈ ਜੱਸੇ ਕੀ ਡਰਾਈਵਰ ਦੀ ਜ਼ਿੰਦਗੀ ਹੈ, ਦੂਏ ਨੂੰ ਬਚਾਉਂਦਾ ਬਚਾਉਂਦਾ ਆਪ ਮੌਤ ਦੇ ਮੂੰਹ ਜਾ ਪੈਂਦਾ। ਉਹ ਬਾਈ ਵਧੀਆ ਬਚਤ ਰਹਿ ਗਈ, ਨਹੀਂ ਤਾਂ ਤੈਨੂੰ ਪਤਾ ਹੈ ਕਸੂਰ ਚਾਹੇ ਕਿਸੇ ਦਾ ਵੀ ਹੋਵੇ, ਵੱਡੇ ਸੰਦ ਵਾਲੇ ਨੂੰ ਕਹਿੰਦੇ ਨੇ ਅਗਲਾ ਤਾਂ ਵੀ ਇਹਦੀ ਗਲਤੀ ਹੋਊਗੀ। ਹੋਰ ਵੀ ਇਹਦੇ ਕੋਲ ਬੜਾ ਸੰਤੀ, ਇਹਨੇ ਤਾਂ ਬਚਾਓ ਕਰਨਾ ਸੀ। ਨਾਲੇ ਬਾਈ ਆਪਣਾ ਡਰਾਈਵਰ ਮਹਿਕਮਾ ਤਾਂ ਉਵੇਂ ਬਦਨਾਮ ਕਰਖਿਆ ਲੋਕਾਂ ਨੇ। ਹੋਰ ਬਾਈ ਬਦਨਾਮ ਹੈ ਡਰਾਈਵਰ ਮਹਿਕਮਾ, ਮੈਂ ਤਾਂ ਹਾਰ ਕੇ ਗੱਡੀ ਖਤਾਨਾ ਚ ਤਾਰਤੀ, ਮਹਾਂ ਦੇਖੀ ਜਾਓ ਕੀ ਬਣਦਾ ਕੀ ਨਾ ਬਣੇ। ਐਂ ਦੱਸ ਮੈਨੂੰ ਗੱਡੀ ਦੀ ਤਾਂ ਬਚਤ ਰਹਿ ਗਈ? ਗੱਡੀ ਦਾ ਤਾਂ ਨੁਕਸਾਨ ਹੈ ਥੋੜ੍ਹਾ ਬਹੁਤਾ। ਉਹ ਬਾਈ ਚੱਲ ਕੋਈ ਗੱਲ ਨਹੀਂ, ਸੰਦ ਹੈ ਉਹ ਤਾਂ ਦੁਬਾਰੇ ਜੁੜ ਜੂਗਾ ਹੈ ਨਾ। ਬੰਦਾ ਨਹੀਂ ਬਣਦਾ ਦੁਬਾਰੇ, ਬੰਦਾ ਨਹੀਂ ਬਣਦਾ। ਹੋਰ ਯਾਰ ਲੈ, ਇਹ ਤਾਂ ਮੈਨੂੰ ਚਿੰਤੀ ਪਾਤੀ ਦੀ ਵੀ ਐਕਸੀਡੈਂਟ ਹੋ ਗਿਆ ਤੇਰਾ। ਚੱਲ ਕਰੇ ਤਾਂ ਨਹੀਂ ਦੱਸਿਆ? ਤੈਨੂੰ ਦੱਸਿਆ ਤਾਂ ਹੈ ਮੈਂ ਵੀ ਮੈਂ ਨਹੀਂ ਗੱਲ ਕਰੀ, ਤੂੰ ਬਿਨਾਂ ਗੱਲ ਕਰਦੀ ਕਿਤੇ। ਓਏ ਨਾ ਨਾ, ਮੈਂ ਤਾਂ ਕੀ ਕਰਨੀ ਆ, ਮੈਂ ਕਿਹੜਾ ਉਰੇ ਆਉਣਾ ਹੁੰਦਾ ਯਾਰ। ਆ ਹੁਣ ਬੈਠੇ ਬੈਠੇ ਸੁੱਤੇ ਸੁਭਾ ਮੂੰਹੋਂ ਨਿਕਲ ਜੇ ਤਾਂ ਦੱਸੀਏ, ਮੈਂ ਤਾਂ ਤੈਨੂੰ ਗੱਲ। ਓਏ ਨਾ ਨਾ ਬਾਈ, ਇਹੋ ਜਿਹੀਆਂ ਗੱਲਾਂ ਨਹੀਂ ਕਰੇ ਦੱਸਿਆ ਕਰਦੇ, ਤੂੰ ਸਿਆਣਾ ਤਾਂ ਵਧੀਆ ਕੀਤਾ। ਨਿੰਮੋ ਉਹ ਚਾਹ ਬਣਾ ਵੇ, ਜੱਸਾ ਆਇਆ। ਉਹ ਬੰਤੇ ਬਾਈ ਚਾਹ ਨੂੰ ਕੀ ਹੋਇਆ ਤੀ? ਉਹ ਚੱਲ ਹੁਣ ਤੂੰ ਇੰਨੇ ਚਿਰ ਬਾਅਦ ਮਿਲਿਆ, ਘਰੇ ਆਇਆ, ਹੁਣ ਚਾਹ ਪਿਆਏ ਵੀ ਨਹੀਂ ਤੋਰਦਾ ਤੈਨੂੰ। ਉਹ ਚੱਲ ਮੈਂ ਤਾਂ ਸਮਾਨ ਵਾਸਤੇ ਆਇਆ ਸੀ, ਚੱਲ ਤੂੰ ਚਾਹ ਪਿਲਿਆ ਦੇ। ਬਸ ਇਸ ਚੱਕਰ 'ਚ ਨਾ ਸਮਾਨ ਵਾਲੇ ਕਿੰਨੀ ਜਾਇਆ ਗਿਆ ਨਾ ਲੈਣਾ, ਕਦੇ ਕਦੇ ਵਗ ਵੀ ਜਾਈਦਾ ਸੀ ਪਹਿਲਾਂ, ਪਰ ਹੁਣ ਤਾਂ ਛੱਡ ਛੁੱਟਤਾ ਹੈ ਸਾਰਾ ਕੰਮ, ਕੰਜਰ ਖਾਨਾ ਹੀ ਹੈ, ਹੋਰ ਕੱਖ ਨਹੀਂ ਹੈ ਇਹਦੇ 'ਚ। ਹਾਂ ਹੈਗਾ ਤਾਂ ਹੈਗਾ, ਪਰ ਹੁਣ ਕਰੀਏ ਕੀ, ਆਹ ਸਾਲਾ ਬੇਦ ਲੱਗ ਗਿਆ। ਲਿਆ
ਮੈਂ ਤਾਂ ਹੋਰ ਕਹਿ ਰਿਹਾ ਜੱਸੇ, ਹਾਂ ਬਈ, ਚਾਹੇ ਕੋਈ ਦਵਾਈ ਬੂਟੀ ਲੈ ਲੈ, ਚਾਹੇ ਕੋਈ ਕੁਛ ਕਰ, ਮੈਂ ਤਾਂ ਇੱਕ ਡਾਕਟਰ ਤੋਂ ਖਾਧੀਆਂ ਤੀਆਂ ਹਫ਼ਤਾ ਕੁ ਗੋਲੀਆਂ, ਆਪਣਾ ਤਾਂ ਜੀ ਨਹੀਂ ਕਰਦਾ ਹੁਣ। ਉਹ ਬਈ ਗੋਲੀਆਂ ਗੋਲੀਆਂ ਕਿੱਥੇ ਲੰਘਦੀਆਂ ਨੇ, ਉਹ ਜਦੋਂ ਮਾੜੀ ਮੋਟੀ ਖਾ ਪੀ ਲੈਂਦੇ ਹਾਂ ਚਲ ਆਇਆ ਵੀ ਦਿਨ ਜਾਂ ਲੰਘ ਜਾਂਦਾ ਵਧੀਆ। ਚਲੋ ਉਹ ਵੀ ਤੇਰੀ ਗੱਲ ਠੀਕ ਹੈ, ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਹੜੀ ਨਾੜ 'ਚ ਇਹ ਬਣਦੀ ਹੈ ਜਾ ਕੇ, ਉਹ 'ਚ ਨਾ ਕਿਸੇ ਸਾਧ ਦਾ ਮੰਤਰ ਬੜੇ, ਨਾ ਕਿਸੇ ਡਾਕਟਰ ਦੀਆਂ ਗੋਲੀਆਂ ਬੜਨ। ਓਏ ਹੋਰ ਇਹ ਵੀ ਦੇਖ ਲੈ ਬਈ ਤੂੰ, ਇੱਕ ਸਾਡੇ ਸੀਰੀ ਹੁੰਦਾ ਸੀ ਛੋਟਾ ਜਿਹਾ, ਉਹ ਮੈਨੂੰ ਲੈ ਜਾਂਦਾ ਸੀ ਖੇਤ, ਉਹ ਪਤੰਦਰ ਕੀ ਕਰਦਾ ਸੀ ਆਪ ਤਾਂ ਲਾਉਂਦਾ ਸੀ, ਲਾਉਂਦਾ ਸੀ ਚਮਚਾ ਮੈਨੂੰ ਚਾਹ 'ਚ ਘੋਲ ਕੇ ਪਿਲਾ ਦਿੰਦਾ ਸੀ ਬਈ। ਅੱਛਾ ਹੋਰ ਚਾਹ 'ਚ ਘੋਲ ਕੇ ਬਸ ਮੈਂ ਤਾਂ ਉਹਦੇ ਨਾਲ ਵੱਟਾਂ 'ਤੇ ਕਦੇ ਇੱਧਰ ਲੰਘ ਗਿਆ ਕਦੇ ਇੱਧਰ ਲੰਘ ਗਿਆ, ਘਰੇ ਤੈਨੂੰ ਪਤੀ ਹੈ ਇੰਨੀ ਗੌਰ ਹੁੰਦੀ ਨਹੀਂ ਸੀ ਹੈ ਨਾ, ਉਹ ਵਿਚਾਰੇ ਐਂ ਫਿਰੀ ਜਾਂਦੇ ਤੇ ਭੇਜਦੇ ਤਾਂ ਮੈਨੂੰ ਸਕੂਲ 'ਤੇ, ਮੈਂ ਭਗਾ ਕੇ ਬਸਤਾ ਟੱਪ ਕੇ ਕੰਧ ਸੀਰੀ ਕੋਲੇ ਜਾ ਵੱਧਦਾ ਸੀ ਨਾ, ਫਿਰ ਸਕੂਲ 'ਚ ਪੱਕ ਗਏ ਪਾਨ ਤੇਰੇ। ਉਹ ਹੋਰ ਬਾਈ ਯਾਰ ਕੀ ਦੱਸਾਂ ਤੈਨੂੰ ਮੈਂ, ਉਦੋਂ ਤਾਂ ਨਿਆਣ ਮੱਥ ਦੀ ਪਤਾ ਨਹੀਂ ਸੀ, ਉਹ ਇੱਕ ਪਤੰਦਰ ਉਹ ਕਹਿਦਿਆ ਕਰੇ ਲੈ ਹੱਡ ਪੈਰ ਨਹੀਂ ਦੁਖਣਗੇ ਆਹ ਖਾ ਲੈ, ਮੈਨੂੰ ਤਾਂ ਚਾਹ 'ਚ ਕੋਲ ਕੋਲ ਕੀ ਪਲੇ ਗਿਆ, ਹੁਣ ਮੈਂ ਤੈਨੂੰ ਕੀ ਦੱਸਾਂ। ਫਿਰ ਤਾਂ ਖਾਸੇ ਚਿਰ ਦਾ ਡੰਗਿਆ ਪਿਆ ਤੂੰ, ਚਾਹ ਤਾਂ ਚੱਕ ਲੈ। ਉਹ ਚਾਹ ਤਾਂ ਪੀ ਲੈਂਦੇ ਹਾਂ, ਸੁੱਕੀ ਚਾਹ ਕਿਹੜਾ ਲੰਘਦੀ ਹੈ, ਤੂੰ ਪਤਾ ਨਹੀਂ ਕਿਵੇਂ ਪੀ ਜਾਂਦੇ। ਪਰ ਜੇ ਮੇਰੇ ਕੋਲ ਹੁੰਦੀ ਮਾੜੀ ਮੋਟੀ ਫਿਰ ਮੈਂ ਖਵਾ ਖਵੂ ਦਿੰਦਾ ਤੈਨੂੰ, ਪਰ ਮੈਂ ਜਿਵੇਂ ਤੈਨੂੰ ਦੱਸਿਆ ਵੀ ਹੁਣ ਤਾਂ ਮੈਂ ਲਿਆਂਦੀ ਕਰੀ ਨਹੀਂ ਹੈ ਕਦੇ। ਚੱਲ ਜੇ ਟਾਈਮ ਜਿਹਾ ਲੱਗਿਆ ਦੇਖ ਲਈ ਯਾਰ। ਹਾਂ ਐਂ ਤਾਂ ਕਰੂੰਗੇ ਤੇਰੇ ਵਾਸਤੇ ਹੀਲਾ, ਪੁਰਾਣਾ ਯਾਰ ਹੈ ਵੀਰ ਵੀ ਮੇਰਾ। ਓਏ ਹੋਰ ਮੈਂ ਤਾਂ ਤੇਰੀ ਗੱਡੀ ਕਨੀ ਦੇਖੀ ਹੈ ਨਾ, ਜੇ ਕਿਸੇ ਦਾ ਟਰੱਕ ਲੰਘਦਾ ਕੋਈ ਗੱਡੀ ਲੰਘਦੀ ਹੈ ਨਾ ਜਦੋਂ ਘੋੜਾ ਲੰਘਦਾ ਕਿਸੇ ਦਾ, ਮੈਂ ਤਾਂ ਐਂ ਦੇਖ ਲੈਣਾ ਵੀ ਲੈ ਇਹ ਬੰਤੇ ਵਾਲਾ ਟੋਕ ਘੋੜਾ, ਬੰਤੇ ਵਾਲੀ ਗੱਡੀ ਤਾਂ ਨਹੀਂ। ਉਹ ਚੱਲ ਜੱਸੇ ਕੋਈ ਤਾਂ ਹੈ ਜਿਹੜਾ ਮੇਰੀ ਗੱਡੀ ਦੀ ਡੀਕ ਰੱਖਦਾ। ਓਏ ਹੋਰ ਜਿਵੇਂ ਉਹ ਕਹਿੰਦੇ ਹੁੰਦੇ ਕਹਿੰਦੇ ਬਿੱਲੀਆਂ ਦਾ ਚੂਹਿਆਂ ਦੇ ਸੁਪਨੇ, ਕਹਿੰਦਾ ਤੇਰਾ ਘੋੜੀ ਦਿਖੀ ਜਾਂਦਾ ਵੀ ਉਹ ਆਉਂਦਾ ਬੰਤਾ ਚਲਾਈ। ਅੱਛਾ ਹੋਰ ਪਰ ਯਾਰ ਤੇਰੀ ਤਾਂ ਬਚਤ ਰਹਿ ਗਈ ਬਈ, ਨੀ ਕੀ ਪਤਾ ਕਿੱਥੇ ਨਿਬੜਦਾ ਕੰਮ ਹੈ ਨਾ। ਆਹ ਹੁਣ ਥਈ ਗੋਡੇ ਵਾਲੀ ਸੱਟ ਨਹੀਂ ਠੀਕ ਹੋਈ ਹੈ, ਇੱਥੇ ਪਤਾ ਨਹੀਂ ਕੀ ਤਾਂ ਲੱਗਿਆ ਊ ਗੁੰਮ ਜੀ ਸੱਟ ਹੈ। ਸੱਚ ਬਈ ਮੈਨੂੰ ਐਂ ਦੱਸ, ਮੈਂ ਇੱਥੇ ਖਬਰ ਜੀ ਸੁਣੀ ਸੀ ਕਹਿੰਦੇ ਉੱਧਰ ਬੰਦੇ ਬੰਦੇ ਆ ਗਏ ਤੇ ਪਹਿਲਾਂ ਤੇਰੀ ਗੱਡੀ ਦੇ ਪਿੱਛੇ। ਬੰਦੇ ਤਾਂ ਆਉਂਦੇ ਰਹਿੰਦੇ ਨੇ, ਇਹ ਤਾਂ ਕੰਮ ਹੈ ਉਹਨਾਂ ਦਾ, ਉਹ ਤਾਂ ਤਾਂ ਦਰਖਤ ਤੇ ਬਹਿ ਜਾਂਦੇ ਨੇ ਡਾਣਾ ਡੂਣਾ ਫੜ ਕੇ। ਅੱਛਾ ਮੈਂ ਸੁਣਿਆ ਕਹਿੰਦੇ ਆਂਡੇ ਮਾਰਦੇ ਨੇ ਤੇ ਤੀਰ ਮਾਰਦੇ ਨੇ ਕਹਿੰਦੇ ਟਾਇਰਾਂ 'ਚ ਟਾਇਰ ਬਹੁਤ ਕੁਛ ਕਰਦੇ ਨੇ, ਫਿਰ ਅਸੀਂ ਵੀ ਇਕੱਠੀਆਂ ਕਰਕੇ ਲਿਖਾਉਂਦੇ ਹਾਂ ਗੱਡੀਆਂ। ਅੱਛਾ ਜੰਗਲ ਆ ਬਹੁਤ ਲੰਬਾ ਬਈ ਯਾਰ, ਪੁਲਿਸ ਪੁਲਿਸ ਨਹੀਂ ਕੋਈ ਉੱਥੇ ਕਰਦੀ ਮਦਦ? ਨਾ ਕੋਈ ਪੁਲਿਸ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਪੁਲਿਸ ਵਾਲੇ ਵੀ ਉਹਨਾਂ ਦੀ ਨੇ। ਇਹ ਵੀ ਆ ਬਈ ਜਿੱਧਰੋਂ ਚਾਰ ਪਹੀਏ ਬਣਦੇ ਹੁਣ ਅਗਲਾ ਤਾਂ ਉੱਧਰ ਹੀ ਸਲਾਮ ਕਰੂਗਾ। ਬਸ ਫਿਰ ਇਕੱਠੇ ਹੋ ਜਾਂਦਾ, ਇਕੱਠੇ ਹੋ ਕੇ ਕਾਨਵਾਈ ਬਣਾ ਕੇ ਲਿਖਾਉਣੀਆਂ ਪੈਂਦੀਆਂ ਨੇ ਗੱਡੀਆਂ। ਚੱਲ ਬਈ ਚੱਲਦਾ ਚੰਗਾ ਮੈਂ ਹੁਣ। ਬਾਗ ਜੀ ਬਹਿ ਜਾ। ਬਸ ਮੈਨੂੰ ਕੰਮ ਜਿਹਾ ਯਾਦ ਆ ਗਿਆ, ਐਂ ਕਰੀ ਜੇ ਟਾਈਮ ਜਿਹਾ ਲੱਗਿਆ ਜਾਂ ਦੇਖ ਲਈਏ ਨਾ, ਔਖਾ ਬਹੁਤਾ ਯਾਰ। ਹਾਂ ਹਾਂ ਲੈ ਐਂ ਕਰੀ ਫਿਰ ਆਥਣੇ ਜੇ ਮਾਰ ਲਈ ਗੇੜਾ ਲਾਵਾਂਗੇ ਘੁੱਟ ਛੁੱਟ। ਹਾਂ 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 ਬਈ ਠੀਕ ਹੈ, ਮੈਂ ਫੜ ਲਿਆ ਫਿਰ ਚਿੱਟੇ ਰੰਗ ਵਾਲੀ। ਨਾ ਫੜ ਤਾਂ ਮੈਂ ਲਿਆਉਂ, ਤੂੰ ਆ ਜੀ ਬਸ ਦਰਸ਼ਨ ਦੇ ਦੀ। ਠੀਕ ਹੈ ਬਈ ਚੱਲ ਠੀਕ ਹੈ। ਚੱਲ ਐਂ ਕਰੀ ਤੂੰ ਇੱਕ ਗੱਲ, ਹਾਂ ਉਹ ਮਾੜਾ ਮੋਟਾ ਉਹ ਚਟਕਾ ਹੀ ਕਿ ਨਹੀਂ ਜਾਇਆ ਜੀ, ਨਾਲੇ ਉਹ ਬਣਾ ਲਾਂਗੇ। ਠੀਕ ਹੈ ਬਈ, ਪਰ ਇੱਕ ਗੱਲ ਹੈ ਬਈ, ਭਾਬੀ ਚਾਹ ਬੜੀ ਸਵਾਦ ਬਣਾਉਂਦੀ ਹੈ, ਹੋਰ ਕਹਿ ਦੀ ਉਹਨੂੰ।
ਕੀ ਕਰੀ ਜਾਂਦੀ ਹੈ? ਕਿੱਧਰ ਭੱਜਿਆ ਜਾਂਦਾ? ਮੀਨਾ ਤਾਂ ਦੋ ਗੱਲਾਂ ਕਰ ਲੈ, ਦੋਸਤ ਨੂੰ ਤਾਂ ਮਿਲ ਲਿਆ। ਉਹ ਲੈ ਤੂੰ ਚੰਗੀ ਹੈ ਯਾਰ, ਤੇਰੇ ਸਾਹਮਣੇ ਲਵੇ ਤਾਂ ਬੈਠਿਆ, ਨਾਲੇ ਤਾਂ ਗਰਦਨ ਕਟਵਾਏਗੀ ਮੇਰੀ, ਨਾਲੇ ਗਿੱਚੀ ਕੁੱਟੂ ਤੇਰੀ। ਵੇ ਉਹਨੂੰ ਕੀ ਪਤਾ, ਉਹ ਤਾਂ ਚਾਹ ਪੀਣ ਲੱਗ ਰਿਹਾ। ਉਹ ਚਾਹ ਨੂੰ ਕੀ, ਉਹ ਕੋਈ ਦਾਰੂ ਹੈ ਵੀ ਉਹਨੂੰ ਚੜ ਜੂਗੀ? ਚੱਲ ਮੇਰੀ ਗੱਲ ਸੁਣ। ਹਾਂ ਤੂੰ ਰਾਤ ਦਾ ਨਾਚ ਗਾ, ਇਹਨੂੰ ਦਾਰੂ ਦਰੂ ਪਿਆ ਦੇ, ਫੁੱਲ ਟੈਟ ਕਰ ਦੇ, ਫਿਰ ਆਪਾਂ ਰਾਤ ਨੂੰ ਮਿਲਦੇ ਹਾਂ। ਓਏ ਹਾਂ ਕਹਿੰਦੇ ਤਾਂ ਹੈਗਾ ਦੀ, ਕਹਿੰਦਾ ਹੱਥਣੇ ਆ ਜੀ। ਹਾਂ ਲਾਵਾਂਗੇ ਪੈਗ ਸ਼ੈਗ। ਹੋਰ ਨਾਲੇ ਠੰਡ ਹੋਈ ਪਈ ਆ। ਉਹ ਚੱਲ ਇਹ ਤਾਂ ਹੁੰਦੀ ਰਹਿੰਦੀ ਹੈ। ਚੰਗਾ ਚੱਲ ਫਿਰ, ਚੰਗਾ ਆਏ ਕਰੀ, ਰੋਟੀਆਂ ਵੀ ਤੂੰ ਹੀ ਬਣਾ ਕੇ ਰੱਖੀ, ਅਜੇ ਤੇਰੇ ਹੱਥ ਦੀਆਂ ਖਾਣੀਆਂ ਨੇ। ਮੈਂ ਜ਼ਰੂਰ ਪਰੌਂਠੇ ਬਣਾ ਕੇ ਰੱਖੂ ਤੇਰੇ ਵਾਸਤੇ, ਦੇਸੀ ਘਿਓ ਦੇ। ਓਏ ਆਥਣੇ ਕੌਣ ਪਰੌਂਠੇ ਖਾਂਦਾ ਹੈ? ਖਾਂਦੇ ਖਾਂਦੇ ਕਿਉਂ ਨਹੀਂ, ਖਾਣ ਵਾਲੇ ਤਾਂ ਖਾ ਹੀ ਲੈਂਦੇ ਨੇ, ਚੰਗਾ ਨਾ ਖਾਈ, ਰੋਟੀਆਂ ਲਾ ਦੂ ਤੈਨੂੰ। ਹਾਂ ਚੱਲ ਠੀਕ ਹੈ, ਚੰਗਾ ਚੰਗਾ ਉਹਨੂੰ ਦੇਖ ਲੱਗਦੇ ਆ ਜੇ। ਚੰਗਾ ਜਾ, ਕਿੰਨਾ ਡਰਦਾ ਆ। ਚੱਲ ਬਾਈ ਬੰਦੇ ਛੱਡ, ਇੱਥੇ ਰੱਖ ਤੇ ਐਂ ਕਰ, ਆਇਆ ਤੈਨੂੰ ਮੈਂ ਪਾ ਦਿੰਦਾ ਹੁਣ ਬੈਡ ਤੇ ਸੋ ਜਾ। ਹਾਂ ਪਾ, ਅਸਲ ਤਾਂ ਮੈਂ ਉਰੀ ਪੈ ਜਾਂਦਾ ਯਾਰ। ਨਹੀਂ ਉਹ ਉਹਨੂੰ ਬੋਲ ਮਾਰ ਮਾੜਾ ਜਿਹਾ, ਇੱਧਰਲੀ ਫੈਟ ਫੜ ਲੂ ਤੈਨੂੰ, ਭਰਜਾਈ ਨੂੰ ਕਹਿ ਨਿਮੋ ਏ ਨਿਮੋ ਮੈਂ ਬੁਲਾ ਕੇ ਲਿਆਵਾ ਬਾਈ। ਬੁਲਾ ਮੈਂ ਤਾਂ ਉੱਠਿਆ ਉੱਠਿਆ ਨੀ ਜਾਂਦਾ ਹੁਣ। ਗੱਡੀ ਚ ਡਿੱਗ ਕੇ ਗੱਡੀ ਨੀ ਯਾਦ ਕਰਨੀ। ਬੰਦੇ ਤੇਜ ਵਾਲਾ ਸੀ ਯਾਰ, ਸਮਾਨ ਸਮਾਨ ਆਪਣੇ ਮਿੱਤਰ ਕੋਲ ਲਿਆਂਦਾ ਸੀ ਮੈਂ। ਮੈਨੂੰ ਵੀ ਨਾਲੇ ਪਾ ਲਿਆ ਬਾਈ, ਐ ਕਰ ਬਾਈ ਤੂੰ ਉੱਪਰ ਨੂੰ ਹੋਸ ਮਾਰ ਕੇ ਜੇ ਪੈ ਬਾਈ। ਨਾ ਤੈਨੂੰ ਕੀ ਲੋੜ ਪਈ ਸੀ ਇਹਨੀ ਪੀਣ ਦੀ? ਉਹ ਮੈਂ ਨਹੀਂ ਪੀਤੀ, ਝੁੱਲਣ ਦਾ ਲੱਗ ਰਿਹਾ। ਇਹ ਤਾਂ ਇਹਨੂੰ ਦਿਖਾਵਾ ਕਰਦਾ ਸੀ, ਮੈਂ ਪਤਾ ਕੀ ਕਰਦਾ ਸੀ, ਇੰਨੀ ਗੱਲ ਪਾਉਂਦਾ ਸੀ, ਇੰਨਾ ਪੈ ਗਿਆ ਇਹਨੂੰ। ਚੱਲ ਹੁਣ ਨਹੀਂ ਉੱਠਦਾ ਸਵੇਰ ਤੱਕ, ਚੱਲ ਚੁਬਾਰੇ 'ਚ ਚੱਲਦੇ ਹਾਂ। ਚੁਬਾਰੇ 'ਚ ਕੀ ਹੈ, ਪੂਰੀ ਕਰ ਲੈਣੇ ਚਾਰ ਗੱਲਾਂ ਕਰਨੀਆਂ ਨੇ ਜਿਹੜੀਆਂ। ਉੱਥੇ ਚੱਲਦੇ ਹਾਂ, ਕਾਹੇ ਦਾ ਡਰ ਰਹਿੰਦਾ। ਓਏ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਇੱਕ ਪੈਗ ਤੂੰ ਵੀ ਲਾ ਲੈ।
ਦੇਖੀ ਫਿਰ ਝੋਲਦੀ ਆ ਕਿਵੇਂ ਤੂੰ ਵੀ। ਆਹੋ ਲਾ ਲੈ ਪੈਗ। ਚੱਲ ਆ ਕੱਥੇ ਆ ਉਹੀ ਉੱਤੇ ਚੱਲਦੇ ਆ ਪਰੌਣੇ ਵਾਲੇ ਕਮਰੇ 'ਚ। ਅੱਛਾ ਪਕੌੜੇ ਤਲੇ ਦੇ ਜਿੱਥੇ। ਚੱਲ ਚੱਲ ਬੰਤੇ ਬਾਈ ਅਸੀਂ ਪਕੌੜੇ ਤਲਦੇ ਹਾਂ ਠੀਕ ਹੈ, ਤੂੰ ਡਿਸਟਰਬ ਨਹੀਂ ਕਰਨਾ, ਸੋ ਜਾ, ਗੁੱਡ ਨਾਈਟ। ਗੁੱਡ ਨਾਈਟ ਬੰਤੇ ਬਾਈ। ਨਮੋ ਹਾਂ ਇੱਕ ਗੱਲ ਤਾਂ ਹੈ ਕਿ ਬੰਤਾ ਤੈਨੂੰ ਮੇਥੋਂ ਵੱਧ ਪਿਆਰ ਕਰਦਾ ਹੈ। ਉਹ ਪਿਆਰ ਦਾ ਹੁਣ ਉਹ ਕਰੂਗਾ ਹੀ, ਉਹਨੂੰ ਕਿਹਨੇ ਰੰਨ ਦੇਣੀ ਸੀਗੀ, ਉਹ ਮੈਂ ਜੁੜ ਗਈ, ਪਤਾ ਨਹੀਂ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਉਹਨੇ। ਕੋਈ ਵਧੀਆ ਜੇ ਬੰਤੇ ਨੇ ਮੋਤੀ ਪੁੰਨ ਤਾਨ ਕਰੇ ਹੋਏ ਤੇ ਤਾਂ ਹੀ ਤਾਂ ਤੂੰ ਮੈਨੂੰ ਮਿਲ ਗਈ ਹੈ। ਫਾਇਦਾ ਤਾਂ ਮੇਰੀ ਹੋਇਆ, ਆਪਣਾ ਦੋਨਾਂ ਦਾ ਫਾਇਦਾ ਹੋ ਗਿਆ ਹੈ ਨਾ। ਮੈਨੂੰ ਦੱਸਾਂ ਤੇਰੇ ਵਾਸਤੇ ਕੁਛ ਲੈ ਕੇ ਆਉਂਦਾ ਕਹਿੰਦਾ ਨਾ, ਕਹਿੰਦਾ ਖਾਲੀ ਹੱਥ ਆ ਜਾਂਦਾ। ਹਾਂ ਲੈ ਆਉਂਦਾ ਕਦੇ ਕਦੇ। ਮੈਨੂੰ ਤਾਂ ਇਹ ਲੱਗਦਾ ਵੀ ਤੇਰੇ ਮੂੰਹ ਚ ਉਹ ਬੋਲ ਡਿੱਗਣ ਨਹੀਂ ਦਿੰਦਾ ਹੋਊਗਾ, ਪਹਿਲਾਂ ਚੀਜ਼ ਤੇਰੇ ਹਾਜ਼ਰ ਕਰਦਾ ਹੋਊਗਾ ਨਾ। ਹਾਂ ਬਸ ਆਇਆ ਸੀਗਾ ਵੀ ਖਾਲੀ ਆ ਗਿਆ। ਹਾਂ ਨਾਲੇ ਸੱਚ ਉਹ ਕੀ ਕਹਿੰਦਾ ਸੀਗਾ? ਉਹ ਕੁਛ ਨਹੀਂ ਕੁਛ ਨਹੀਂ, ਗੱਡੀ ਚੋਂ ਸੱਟ ਵੱਜੀ ਓਏ ਲੈ ਯਾਰ, ਕੁਛ ਨਹੀਂ ਕਹਿੰਦਾ ਸੀ, ਉਹ ਤਾਂ ਉਹ ਗੱਡੀ ਦੀਆਂ ਗੱਲਾਂ ਸੁਣਾ ਰਿਹਾ ਸੀ। ਕਹਿੰਦਾ ਵੀ ਜਿਹੜਾ ਇੱਕ ਇਹਦੇ ਨਾਲ ਡਰਾਈਵਰ ਹੋਰ ਸੀ ਨਾ ਪਹਿਲਾਂ, ਇੱਕ ਇਹਦੇ ਕੋਲ ਜਿਹੜਾ ਕੰਡਕਟਰ ਹੁੰਦਾ ਸੀ ਉਹ ਦੂਜੇ ਡਰਾਈਵਰ ਕੋਲ ਵਗ ਗਿਆ ਸੀ, ਉਹ ਗੱਡੀ ਕਿਤੇ ਮਾੜੀ ਮੋਟੀ ਉਰਾਂ ਪਰਾਂ ਹੋ ਗਈ ਹੋਊਗੀ, ਉਵੇਂ ਜਿਹੀ ਗੱਲਾਂ ਸੁਣਾ ਰਿਹਾ ਸੀ। ਤਾਂ ਆਏ ਦੀ ਹੋਰ ਹੋਰ ਦੱਸ ਗਈ ਮੈਂ। ਪਰ ਲੱਗਦਾ ਨਹੀਂ ਆ, ਤੇਰੇ ਮੂੰਹ ਤੋਂ ਸਾਫ਼ ਪਤਾ ਲੱਗਦਾ ਜਿਵੇਂ ਤੂੰ ਝੂਠ ਬੋਲਦਾ। ਓਏ ਝੂਠ ਮੈਂ ਕੀ ਦੱਸ, ਉਹਨੇ ਵਿਚਾਰੇ ਨੇ ਕੋਈ ਗੱਡੀ ਤੇ ਝਾੜ ਕੀ ਆ ਹੋਰ, ਵੀ ਤੇ ਤੂੰ ਉਹ ਗੱਲਾਂ ਲੁਕੂੰਗਾ ਮੈਂ ਹੈ। ਤੂੰ ਤਾਂ ਐਂ ਕਰਦੀ ਹੈ ਜਿਵੇਂ ਉਹਨੇ ਸੌਂਕਣ ਟੰਗ ਰੱਖੀ ਹੋਵੇ ਗੱਡੀ ਤੇ, ਉਸ ਗੱਲ ਨਹੀਂ ਸੀ ਆਹੀ ਗੱਲ ਦੀ ਵੀ ਜਿਹੜਾ ਉਹਦੇ ਨਾਲ ਕੰਡਕਟਰ ਦੀ ਪਹਿਲਾਂ ਉਹ ਕਿਸੇ ਦੂਜੀ ਗੱਡੀ ਦੇ ਵਗ ਗਿਆ ਡਰਾਈਵਰ ਨਾਲ, ਉਹ ਗੱਡੀ ਮਾੜੇ ਮੋਟੇ ਝੋਲ ਝੂਲ ਜੀ ਖਾ ਗਈ ਹੋਣੀ, ਆਹ ਗੱਲ ਦੱਸਦਾ ਸੀ ਵੀ ਦਾਖਲਾ ਹੁਣ ਤਾਂ ਮੈਂ ਜਵਾਕਾਂ ਵਾਂਗੂ ਸਾਂਭ ਸਾਂਭ ਰੱਖ ਲਾਂਗਾ, ਆਹ ਗੱਲ ਦੀ ਆਹ ਬਾਤ ਸੀ। ਤੇਰੇ ਜਨਾਨੀਆਂ ਦੇ ਨਾ ਸ਼ੱਕ ਕਰਨ ਵਾਲੀ ਆਦਤ ਨਹੀਂ ਜਾਂਦੀ, ਚਾਹੇ ਕਿੰਨੇ ਕੋਈ ਕੁਛ ਕਰ ਲਏ ਤੁਹਾਡਾ। ਚੱਲ ਚੰਗਾ ਗੁਰੂ ਛੱਡ ਉਹਨੂੰ ਗੱਲਾਂ ਨੂੰ। ਕੀ ਛੱਡ ਯਾਰ, ਸਾਰੇ ਮੂਡ ਦੀ ਮਾਂ ਭੈਣ ਇੱਕ ਕਰ ਦਿੰਦੀ ਆ ਤੂੰ ਯਾਰ। ਹੁਣ ਗੁੱਸੇ ਹੋ ਗਿਆ, ਫਿਰ ਕੀ ਹੋ ਗਿਆ ਜੇ ਪੁੱਛ ਲਿਆ? ਭਲਾ ਮੇਰਾ ਇੰਨਾ ਵੀ ਹੱਕ ਨਹੀਂ ਮੈਂ ਪੁੱਛ ਲਾਂ ਤੈਨੂੰ? ਓਏ ਹੱਕ ਤਾਂ ਬਣਦਾ ਪਰ ਤੇਰਾ ਇੰਨਾ ਵੀ ਤਾਂ ਤੈਨੂੰ ਐਂ ਹੋਣਾ ਚਾਹੀਦਾ ਵੀ ਮੇਰੇ ਤੇ ਯਕੀਨ ਹੋਣਾ ਚਾਹੀਦਾ ਵੀ ਜਿਹੜੀ ਮੈਂ ਗੱਲ ਕਹਿਤੀ ਤੈਨੂੰ ਸੱਚੀ ਹੋ ਗਏ ਨਾ। ਕਹਿੰਦੀ ਤੇਰੇ ਮੂੰਹ ਤੋਂ ਤਾਂ ਐਂ ਲੱਗਦਾ ਜਿਵੇਂ ਤੂੰ ਝੂਠ ਬੋਲਦਾ ਹੋਵੇਂ, ਪਹਿਲਾਂ ਕਿੰਨੇ ਕੁ ਝੂਠ ਬੋਲਦਾ ਤੈਨੂੰ? ਗਲਤੀ ਹੋ ਗਈ, ਪੁੱਛ ਲਿਆ, ਹੈਗਾ ਮੈਨੂੰ ਤੇਰੇ ਤੇ ਯਕੀਨ। ਬਸ ਦੇਖ ਲਿਆ ਮੈਂ ਕਿੰਨਾ ਕੁ ਯਕੀਨ ਹੈ, ਜੇ ਯਕੀਨ ਹੁੰਦਾ ਨਾ ਤਾਂ ਗੱਲ ਨਾ ਦਸਾਉਂਦੀ ਤੂੰ ਮੈਨੂੰ। ਅੱਛਾ ਮੈਨੂੰ ਹੁਣ ਐਂ ਦੱਸ, ਹਾਂ ਉਹਨੂੰ ਇਸੇ ਲਈ ਪਿਆਈ ਸੀ ਕਿ ਆਪਾਂ ਲੜ ਲਈਏ? ਉਹ ਯਾਰ ਪੰਗੇ ਤਾਂ ਤੂੰ ਲੈਂਦੀ ਆ, ਲੈ ਮੈਨੂੰ ਕਹਿੰਦੀ ਆ ਲੜ ਲੈ, ਆ ਦੇਖ ਲੈ ਹੁਣ ਵੀ ਹਲ ਜਾ। ਉਹ ਮੰਨਿਆ ਮੈਂ ਦਾਰੂ ਪੀਤੀ ਹੈ ਪਰ ਇਹਦਾ ਮਤਲਬ ਇਹ ਥੋੜਾ ਵੀ ਤੂੰ ਮੇਰੇ ਨੂੰ ਇਹ ਖਾਵੀ ਹੋਈ ਜਾਏਗੀ ਬਿਨਾਂ ਗੱਲ ਬਿਨਾਂ ਬਾਤ ਤੋਂ, ਯਾਰ ਹੱਦ ਹੋ ਗਈ ਤੇਰੇ ਵਾਲੀ ਤਾਂ। ਚੱਲ ਚੰਗਾ ਹੁਣ ਠੰਡਾ ਹੋ ਜਾ। ਲੈ ਠੰਡਾ ਠੰਡਾ ਪਹਿਲਾਂ ਤਾਂ ਰੇਡੀਏਟਰ ਲਾ ਕੇ ਗਰਮ ਕਰਦਾ ਨਹੀਂ ਹੈ, ਫਿਰ ਪਾ ਕੇ ਬਾਲਟੀ ਕਰਨੀ, ਹੁਣ ਠੰਡਾ ਹੋ ਜਾ। ਇਹ ਤੇਰਾ ਚੰਗਾ ਕੰਮ ਹੈ ਕਿ ਕੋਈ ਗੱਡੀ ਇਹ ਵੀ ਜਦੋਂ ਗਰਮ ਹੋ ਗਈ ਉਹਦੇ ਕੂਲੈਂਟ ਪਾ ਕੇ ਉਹਨੂੰ ਠੀਕ ਕਰ ਦਿਓ, ਹੈਂ ਕੱਢੀ ਜਾਂਦੀ ਉਹਦੇ ਦੰਦ ਤੋਂ। ਤੈਨੂੰ ਮੇਰੀ ਕਿਸੇ ਗੱਲ ਦਾ ਅਸਰ ਹੀ ਨਹੀਂ ਹੈਗਾ ਮੈਨੂੰ ਲੱਗਦਾ, ਆ ਕੱਢਾਂ ਮੈਂ ਜੁੱਤੀ। ਮੈਨੂੰ ਤਾਂ ਹਾਸੀ ਆਈ ਜਾਂਦੀ ਹੈ ਤੇਰੀ ਗੱਲਾਂ ਤੋਂ, ਹੁਣ ਤੂੰ ਆਈ ਲੜਦਾ ਕਿ ਮੈਂ ਜਾਵਾਂ ਉੱਠ ਕੇ? ਅੱਛਾ ਮੈਂ ਕੋਈ ਮਦਾਰੀ ਹਾਂ ਵੀ ਤੇਰੇ ਮੂਹਰੇ ਤਮਾਸਾ ਕਰੀ ਜਾਂਦਾ ਮੈਂ, ਕਿਵੇਂ ਲੱਗੀ ਆ ਖੇੜ ਖੇੜ ਦੰਦ ਕਰਨਾ? ਚੱਲ ਭੱਜ, ਮੈਂ ਨਹੀਂ ਤੇਰੇ ਨਾਲ ਗੱਲ ਕਰਨੀ ਕੋਈ, ਮੈਂ ਤਾਂ ਜਾਣਾ।
ਮੈਂ ਤਾਂ ਮਜ਼ਾਕ ਕਰਦੀ ਸੀ, ਤੂੰ ਤਾਂ ਉਹੀ ਗੁੱਸਾ ਕਰ ਗਿਆ। ਮੈਨੂੰ ਨਹੀਂ ਲੋੜ ਤੇਰੇ ਮਜ਼ਾਕਾਂ ਦੀ। ਸ਼ਾਬਾਸ਼ ਸ਼ਾਬਾਸ਼ ਤੇਰੀ ਯਾਰੀ ਦੇ ਹਰਾਮਜ਼ਾਦਿਆ, ਮੈਂ ਤੈਨੂੰ ਆਪਣਾ ਯਾਰ ਸਮਝਿਆ ਤੇ ਤੂੰ ਤੂੰ ਇਹ ਸਲਾਹ ਦਿੱਤਾ ਮੇਰੀ ਯਾਰੀ ਦਾ ਤੇ ਕੁੱਸੀ ਤੀਵੀਂ ਹੈ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋਵਾਂ ਹੱਥਾਂ ਨਾਲ ਵੱਜਦੀ ਹੈ। ਔਰ ਤੂੰ ਬਾਈ ਮੈਨੂੰ ਥੋੜੀ ਜੀ ਭੁੱਕੀ ਲਿਆ ਦੇ, ਮੈਨੂੰ ਇਹ ਕਹਿ ਦੇ, ਮੈਨੂੰ ਉਹ ਕਰ ਦੇ, ਇਕੱਠੇ ਜੀਏ ਹੋ ਨਾ, ਨਾ ਬਾਈ, ਤੇ ਹੁਣ ਇਕੱਠੇ ਮਰੋ ਵੀ, ਨਾ ਬਾਈ।